ਬਾਂਦਰੀ 'ਚ ਜਮ੍ਹਾਂ ਗੁੰਜੇ ਲਾ ਗਈ ਜਾ ਕੇ। ਹਾਂਜੀ ਭਾਜੀ, ਆਪਣੇ ਔਰਤ ਦਾ ਦਰਜਾ ਜਿਹੜਾ ਹੈ ਨਾ, ਬੜਾ ਉੱਚਾ ਦਰਜਾ ਦਿੱਤਾ ਜਾਂਦਾ ਹੈ। ਹਾਂਜੀ ਜੀ, ਦੇਖਿਆ ਕਿ ਔਰਤ ਪ੍ਰਧਾਨ ਦੇਸ਼ ਦੀ ਵੀ ਗੱਲ ਕੀਤੀ ਜਾਂਦੀ ਹੈ ਨਾ ਜੀ। ਹਾਂਜੀ, ਤੁਸੀਂ ਇੱਕ ਔਰਤ ਦਾ ਕੰਪੈਰੀਜ਼ਨ ਬਾਂਦਰੀ ਦੇ ਨਾਲ ਕਰ ਰਹੇ ਹੋ, ਮਾਂ ਕੀ ਕਹੂਗੀ ਪੁੱਤ ਸਾਡਾ ਕੰਪੈਰੀਜ਼ਨ ਬਾਂਦਰੀ ਨਾਲ ਕਰਤਾ। ਡੇਲੀ ਪੋਸਟ ਦੀ ਇੱਕ ਐਂਕਰ ਹੈ ਜੀ ਮਨਦੀਪ ਕੌਰ ਸੰਧੂ। ਹਾਂਜੀ ਹਾਂਜੀ, ਤੁਹਾਡੇ ਗਾਣੇ ਨੂੰ ਸਪੈਸ਼ਲ ਉਹਨਾਂ ਨੇ ਸਕਰੀਨਸ਼ਾਟ ਲੈ ਕੇ ਕਿਹਾ ਗਿਆ ਕਿ ਮਤਲਬ ਔਰਤ ਜਾਤ ਦੀ ਕਦਰ ਨਹੀਂ ਕੀਤੀ ਇਸ ਗਾਇਕ ਨੇ, ਇਸ ਕਲਾਕਾਰ ਨੇ। ਤੁਸੀਂ ਉਸੇ ਚੈਨਲ ਤੇ ਇੰਟਰਵਿਊ ਦਿੰਦੇ ਹੋ ਬਾਈ ਜੀ, ਉਸੇ ਚੈਨਲ ਦੀ ਐਂਕਰੀ ਤੁਹਾਨੂੰ ਇਦਾਂ ਬੋਲਦੀ। ਇੰਡਸਟਰੀ ਦੇ ਵਿੱਚ ਆਉਣ ਦੇ ਲਈ ਤੁਹਾਨੂੰ ਲੱਗਦਾ ਨੌਲੇਜ ਤੁਹਾਨੂੰ ਬਹੁਤ ਹੈ ਰੈਪ ਦੇ ਲਈ? ਲੱਗਦਾ? ਹਾਂ, ਮੈਨੂੰ ਤਾਂ ਲੱਗਦਾ ਵੀ ਕਾਫੀ ਆ। ਕਿਉਂ ਫਿਰ ਗਾਲਾਂ ਕਿਉਂ ਪੈ ਰਹੀਆਂ ਲੋਕਾਂ ਵੱਲੋਂ? ਭੁੱਲ ਜਾਂਦੇ ਘੜ ਜੋ ਵਿਆਹਾਂ ਦਾ, ਕਦੇ ਸਾਡੀਆਂ ਉਡੀਕਾਂ ਵਿੱਚ ਬਹਿਣਗੇ। ਹੋ ਲੰਘ ਜਾਂਦੇ ਜਿਹੜੇ ਸਾਥੋਂ ਪਾਸਾ ਵੱਟ ਕੇ, ਰੁੱਖ ਥੋੜੇ ਦਿਨ ਬਾਈ ਬਾਈ ਕਹਿਣਗੇ। ਹੋ ਭੁੱਲਿਆ ਮੈਂ ਕਦੇ ਨਹੀਂ ਔਕਾਤ ਆਪਣੀ, ਮਾੜਾ ਕਹਿੰਦਿਆਂ ਨੂੰ ਕਹਿ ਲੈਣ ਦੇ। ਹੋ ਗੁੱਡੀ ਚੜੂਗੀ ਜ਼ਰੂਰ ਬਸ ਦਿਨ ਥੋੜੀ ਦੂਰ, ਹੱਸਦਿਆਂ ਨੂੰ ਹੱਸ ਲੈਣ ਦੇ। ਹੋ ਕਰ ਲੈਣ ਦੇ ਉਹ ਟੀਚਰਾਂ ਜੇ ਕਰਦੀ ਮਖੋ, ਕਿਸਮਤ ਨੂੰ ਵੀ ਨੱਚ ਲੈਣ ਦੇ। ਹੋ ਕਿਸਮਤ ਨੂੰ ਵੀ ਨੱਚ ਲੈਣ ਦੇ। ਬੜੇ ਕਲਾਕਾਰਾਂ ਦੇ ਮੈਂ ਨਾਮ ਲਊਂਗਾ, ਹਨਾ, ਬੜੇ ਕਲਾਕਾਰ ਨੇ ਆਪਾਂ ਜੇ ਪੁਰਾਣਿਆਂ ਦੀ ਕਰ ਲਈਏ, ਰਾਜਾ ਸਿੱਧੂ ਸਾਹਿਬ, ਸਦੀਕ ਸਾਹਿਬ, ਬੜੇ ਕਲਾਕਾਰ ਹੋਏ ਨੇ ਹਨਾ ਜੀ। ਉਹਨਾਂ ਦੇ ਗੀਤ ਸੁਣੇ ਵੀ ਜਾਂਦੇ ਨੇ, ਕਿਤੇ ਨਾ ਕਿਤੇ ਨਹੀਂ ਵੀ ਸੁਣੇ ਜਾਂਦੇ। ਜੇ ਆਪਣੀ ਕੋਈ ਚੀਜ਼ ਨਹੀਂ ਸੁਣੀ ਜਾਂਦੀ ਤਾਂ ਇਹਦਾ ਮਤਲਬ ਇਹ ਆ ਕਿ ਆਪਾਂ ਇੱਧਰ ਦਾ ਰਾਹ ਫੜ ਦੋ। ਤੁਸੀਂ ਬਾਈ ਜੀ ਰੈਪ ਕਰਦੇ ਹੋ, ਡਿੱਟੋ ਜਿੱਦਾਂ ਕਹਿੰਦੀ ਬੋਹੀਮੀਆ ਦੀ ਕਾਪੀ ਕਰਦੇ ਹੋ, ਠੀਕ ਹੈ ਜੀ, ਤੁਹਾਡੇ ਵਿੱਚ ਟੈਲੈਂਟ ਹੈ ਰੈਪ ਆ, ਫਿਰ ਆਪਣਾ ਅਲੱਗ ਰਾਹ ਕਿਉਂ ਨਹੀਂ ਇਖਤਿਆਰ ਕੀਤਾ, ਕਿਸੇ ਦੀ ਕਾਪੀ ਨੂੰ ਲੈ ਕੇ ਆਉਣਾ? ਉਹ ਵੀ ਫਿਰ ਕਿਤੇ ਨਾ ਕਿਤੇ ਇਹੀ ਹੈ ਕਿ ਆਪਾਂ ਫੇਮਸ ਹੋਣ ਦਾ ਰਾਹ ਜਿਹਾ ਲੱਭੀ ਜਾਂਦੇ ਹਾਂ, ਉਹ ਫੜ ਲਿਆ ਰਾਹ। ਮੁਲਾਕਾਤਾਂ ਦੇ ਵਿੱਚ ਇੱਕ ਹੋਰ ਸਵਾਲ ਖੜਾ ਹੁੰਦਾ, ਹੁਣ ਜਿਵੇਂ ਆਪਾਂ ਵੀ ਗੱਲ ਕਰ ਰਹੇ ਸੀ, ਮੈਂ ਬਾਈ ਨਾਲ ਗੱਲ, ਤੁਸੀਂ ਵਿੱਚੋਂ ਗੱਲ ਕੱਟੀ, ਕਹਿੰਦੇ ਜਵਾਬ ਜਿਹੜੇ ਆ ਪ੍ਰੀਤ ਵੱਧ ਦਿੰਦਾ ਦੂਜੇ ਘੱਟ ਦਿੰਦੇ ਆ, ਪ੍ਰੀਤ ਹੀ ਜ਼ਿਆਦਾ ਬੋਲਦਾ, ਕੀ ਚੱਕਰ ਹੈ? ਜਿਹੜੇ ਸਵਾਲ ਆਏ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਆਇਆ ਕਿ ਪ੍ਰੀਤ ਦੇ ਪਿਛਲੇ 5-6 ਗੀਤ ਹਿੱਟ ਨਹੀਂ ਹੋਏ, ਵੀ ਪ੍ਰੀਤ ਨੇ ਕਿਤੇ ਨਾ ਕਿਤੇ ਜਿਹੜਾ ਆ ਸਟੰਟ ਖੇਡਿਆ। ਸੋਨੀ ਵੀਰੇ ਤੋਂ ਹੀ ਪੁੱਛਦਾ, ਹਾਂਜੀ ਸੋਨੀ ਵੀਰੇ, ਅਕਸਰ ਇਹ ਕਿਹਾ ਜਾਂਦਾ ਵੀ ਤੁਹਾਡੀ ਸਟਰਗਲ ਬਹੁਤ ਥੋੜੀ ਰਹੀ ਆ, ਹਨਾ ਜੀ, ਬੜੇ ਥੋੜੇ ਸਮੇਂ ਦੇ ਵਿੱਚ ਲੋਕਾਂ ਦੀ ਨਿਗਾਹ ਦੇ ਵਿੱਚ ਆਇਓ। ਪਿੱਛੇ ਵੀ ਆਪਾਂ ਦੇਖਿਆ ਅਕਸਰ ਇੱਦਾਂ ਦੇ ਜਿਹੜੇ ਬੜੇ ਥੋੜੇ ਟਾਈਮ ਦੇ ਵਿੱਚ ਆਉਂਦੇ, ਉਹਨਾਂ ਦੀ ਲਾਈਫ ਬਹੁਤ ਥੋੜੀ ਹੁੰਦੀ ਹੈ ਬਾਈ ਜੀ, ਕਈਆਂ ਦੀ ਲਾਈਫ ਮਹੀਨਿਆਂ ਤੱਕ, ਕਈਆਂ ਦੀ ਦਿਨਾਂ ਤੱਕ ਸੀਮਤ ਰਹਿ ਜਾਂਦੀ ਹੈ, ਸਾਲਾਂ ਤੱਕ ਤਾਂ ਪਹੁੰਚਦੇ ਨਹੀਂ।